ਸਾਸ੍ਰੀਕਾਲ ਦੋਸਤੋ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਕੁਝ ਦੋਸਤਾਂ ਦੀ ਡਿਮਾਂਡ ਸੀ ਕਿ ਟਾਪ 10 ਮੀਮ ਕੌਇਨਸ ਬਾਰੇ ਦੱਸਿਆ ਜਾਵੇ ਤਾਂ ਅੱਜ ਇਹ ਵੀਡੀਓ ਮੈਂ ਮੀਮ ਕੌਇਨਸ ਬਾਰੇ ਲੈ ਕੇ ਹੀ ਆਇਆ ਇਹ ਮੀਮ ਕੌਇਨਸ ਅਜਿਹੇ ਨੇ ਜਿਨ੍ਹਾਂ ਵਿੱਚ ਆਪਾਂ ਥੋੜੇ ਜਿਹੀ ਰੁਪਈ ਲਾ ਦਈਏ ਨਾ ਤਾਂ ਬਹੁਤ ਜ਼ਿਆਦਾ ਟੋਕਨ ਆਪਾਂ ਨੂੰ ਮਿਲ ਜਾਂਦੇ ਨੇ ਪਰ ਫੰਡਾਮੈਂਟਲੀ ਕੋਈ ਸਟਰੋਂਗ ਨਹੀਂ ਹੈਗੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਸੁਚੇਤ ਕਰ ਦੇਣਾ ਚਾਹਣਾ ਕਿ ਇਹਨਾਂ ਵਿੱਚ ਲਾਏ ਹੋਏ ਪੈਸੇ ਪੂਰੀ ਤਰ੍ਹਾਂ ਡੁੱਬ ਵੀ ਸਕਦੇ ਨੇ ਪਰ ਜੇਕਰ ਇਹਨਾਂ ਵਿੱਚੋਂ ਕੋਈ ਇੱਕ ਦੋ ਚੱਲ ਵੀ ਗਏ ਤਾਂ ਤੁਹਾਨੂੰ 100 ਗੁਣਾ ਜਾਂ 1000 ਗੁਣਾ ਤੱਕ ਦਾ ਵੀ ਪ੍ਰੋਫਿਟ ਦੇ ਸਕਦੇ ਨੇ ਯਾਨੀ ਕਿ ਤੁਹਾਡਾ 100 ਰੁਪਏ ਲੱਗਾ ਹੋਇਆ ਵੀ 1 ਲੱਖ ਬਣ ਸਕਦਾ ਹੈ ਵੈਸੇ ਤਾਂ ਕਾਇਨ ਮਾਰਕੀਟ ਕੈਪ ਤੇ ਲਗਭਗ 20000 ਦੇ ਜੋ ਕਾਇਨਸ ਹੈਗੇ ਆ ਅਵੇਲੇਬਲ ਨੇ ਜਿਨ੍ਹਾਂ ਵਿੱਚੋਂ ਮੀਮ ਕਾਇਨਸ ਲੱਭਨੇ ਤੇ ਅਜਿਹੇ ਮੀਮ ਕויਨਸ ਲੱਭਨੇ ਜਿਨ੍ਹਾਂ ਦੀ ਟੀਮ ਕੁਝ ਐਕਟਿਵ ਏ ਜਿਨ੍ਹਾਂ ਦੇ ਜੋ ਕਮਿਊਨਿਟੀ ਹੈਗੀ ਏ ਉਹ ਸੋਸ਼ਲ ਮੀਡੀਆ ਤੇ ਐਕਟਿਵ ਨੇ ਤੇ ਕੁਝ ਨਾ ਕੁਝ ਉਹਨਾਂ ਵਿੱਚ ਨਵਾਂ ਹੋ ਰਿਹਾ ਹੈ ਅਜਿਹੇ ਟੋਕਨਸ ਲੱਭਣਾ ਔਖਾ ਤਾਂ ਬਹੁਤ ਹੀ ਹੁੰਦਾ ਹੈ ਪਰ ਫਿਰ ਵੀ ਮੈਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਏ ਕਿ ਤੁਹਾਡੇ ਲਈ ਬੈਸਟ ਟੌਪ 10 ਜਿਹੜੇ ਮੀਮ ਕויਨਸ ਹੈਗੇ ਆ ਉਹ ਲੱਭ ਕੇ ਰੱਖਾਂ ਪਰ ਦੁਬਾਰਾ ਫੇਰ ਮੈਂ ਚੇਤਾਵਨੀ ਦੇ ਰਿਹਾ ਕਿ ਇਹ ਕੋਈ ਵੀ ਫਾਈਨੈਂਸ਼ੀਅਲ ਐਡਵਾਈਸ ਨਹੀਂ ਤੁਸੀਂ ਇਹਦੇ ਵਿੱਚ ਆਪਦੀ ਮਰਜ਼ੀ ਦੇ ਅਨੁਸਾਰ ਇਨਵੈਸਟ ਕਰ ਸਕਦੇ ਹੋ ਇਹ ਵੀਡੀਓ ਮੈਂ ਸਿਰਫ ਜਾਣਕਾਰੀ ਲਈ ਬਣਾ ਰਿਹਾ ਬਾਕੀ ਤੁਸੀਂ ਇਹਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਮੈਂ ਕਹਾਂਗਾ ਕਿ ਆਪਦੀ ਜੋ ਪੂੰਜੀ ਹੈ ਜੋ ਤੁਸੀਂ ਕ੍ਰਿਪਟੋ ਕਰੰਸੀ ਵਿੱਚ ਇਨਵੈਸਟ ਕਰ ਰਹੇ ਹੋ ਉਸ ਦਾ 1 ਤੋਂ 2% ਤੋਂ ਲੈ ਕੇ 5% ਤੱਕ ਇਨਵੈਸਟ ਕਰੋ ਯਾਨੀ ਕਿ ਜੇ ਤੁਸੀਂ 1 ਲੱਖ ਰੁਪਿਆ ਕ੍ਰਿਪਟੋ ਕਰੰਸੀ ਵਿੱਚ ਲਗਾ ਰਹੇ ਹੋ ਤਸਿਰਫ 1000 ਰੁਪਏ ਇਹਨਾਂ 10 ਟੋਕਨਾਂ ਵਿੱਚ ਇਨਵੈਸਟ ਕਰੋ ਤੇ ਜੇਕਰ ਤੁਹਾਡਾ ਮਨ ਬਹੁਤ ਲਲਚਾ ਰਿਹਾ ਹੈ ਤੇ ਮੈਂ ਕਹਾਂਗਾ ਵੀ 10% ਤੋਂ ਜ਼ਿਆਦਾ ਆਪਦੀ ਪੂੰਜੀ ਕਦੇ ਵੀ ਭੁੱਲ ਕੇ ਵੀ ਮੀਮ ਕੌਇਨਸ ਵਿੱਚ ਇਨਵੈਸਟ ਨਾ ਕਰੋ ਬਾਕੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਵੇਂ ਕਰਨਾ ਹੈ ਜਾਂ ਨਹੀਂ ਕਰਨਾ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਮੀਮ ਕੌਇਨਸ ਦੇ ਨਾਲ ਤਾਂ ਸਭ ਤੋਂ ਪਹਿਲਾ ਮੀਮ ਕੌਇਨ ਜੋ ਮੇਰੀ ਲਿਸਟ ਵਿੱਚ ਹੈ ਉਹ ਹੈ ਪਿਟਬੁਲ ਪਿਟਬੁੱਲ ਦਾ ਇਸ ਵੇਲੇ ਪ੍ਰਾਈਜ਼ ਜੁਰਪੈਨ ਵਿੱਚ ਚੱਲ ਰਿਹਾ ਹੈ 0.7 टाइम 03947 ਚੱਲ ਰਿਹਾ ਹੈ ਬਾਕੀ ਅਜਿਹੇ ਮੀਮ ਕੌਇਨਸ ਦੀ ਜੋ ਸਪਲਾਈ ਹੈ ਜ਼ਿਆਦਾਤਰਾਂ ਦੀ ਅਨਲਿਮਟਿਡ ਹੀ ਹੁੰਦੀ ਹੈ ਕੁਝ ਦੀ ਲਿਮਟਿਡ ਹੈਗੀ ਹੈ ਤਾਂ ਬਹੁਤ ਹੀ ਜ਼ਿਆਦਾ ਸਪਲਾਈ ਹੈਗੀ ਹੈ ਹੁਣ ਪਿਟਬੁੱਲ ਨੂੰ ਚੁੰਨ ਦਾ ਮੇਨ ਕਾਰਨ ਕੀ ਸੀਗਾ ਕਿ ਇਹ ਕੁਝ ਨਾ ਕੁਝ ਨਵਾਂ ਕਰ ਰਹੇ ਨੇ ਜਿਵੇਂ ਵੱਖ-ਵੱਖ ਬਲੌਕਚੇਨ ਤੇ ਲਾਂਚ ਕਰਨ ਜਾ ਰਹੇ ਨੇ ਪਿਟਬੁਲ ਮੈਗਜ਼ੀਨ ਲਿਆ ਰਹੇ ਨੇ ਐਨ ਐਫ ਟੀ ਬਾਰੇ ਕੰਮ ਕਰਨ ਜਾ ਰਹੇ ਨੇ ਪਲੇ ਟੂ ਅਰਨ ਗੇਮ ਤੇ ਇਹ ਤੋਂ ਬਾਅਦ ਮੈਟਾਵਰਸ ਬਾਰੇ ਵੀ ਇਹ ਫਿਊਚਰ ਵਿੱਚ ਕੰਮ ਕਰਨ ਜਾ ਰਹੇ ਨੇ ਬਾਕੀ ਇਹ ਟੋਕਨ ਤੁਸੀਂ gate.io, maxc, okx, pancake swap ਤੋਂ ਪਰਚੇਸ ਕਰ ਸਕਦੇ ਹੋ ਇਸ ਵੇਲੇ ਇਹ ਟੋਕਨ ਆਪਦੇ 올 ਟਾਈਮ ਹਾਈ ਤੋਂ 95% ਥੱਲੇ ਚੱਲ ਰਿਹਾ ਹੈ ਤੇ ਜੇਕਰ ਇਹਦੇ ਟਵਿੱਟਰ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਭਗ 191k ਯਾਨੀ ਕਿ 1 ਲੱਖ 91000 ਫੋਲੋਅਰਸ ਨੇ ਤੇ ਇੱਥੇ ਵੀ ਉਹ ਕੋਈ ਨਾ ਕੋਈ ਅਪਡੇਟ ਜੋ ਹੈ ਉਹ ਪਾਉਂਦੇ ਰਹਿੰਦੇ ਨੇ ਯਾਨੀ ਕਿ ਐਕਟਿਵ ਨੇ ਦੂਜਾ ਕਾਇਨ ਹੈ ਹੈਮਸਟਰ ਹੈਮਸਟਰ ਦਾ ਜੋ ਪ੍ਰਾਈਸ ਇਸ ਵੇਲੇ 0.6 01422 ਚੱਲ ਰਿਹਾ ਹੈ ਇਸ ਕਾਇਨ ਨੂੰ ਵੀ ਤੁਸੀਂ ਪ੍ਰੋਬਿਟ ਗਲੋਬਲ ਨੈਕਸਸੀ ਤੇ ਪੈਨਕੇਕ ਸਵੈਪ ਤੋਂ ਪਰਚੇਜ਼ ਕਰ ਸਕਦੇ ਹੋ ਇਹ কয়ਨ ਆਪਦੇ 올 ਟਾਈਮ ਹਾਈ ਤੋਂ ਲਗਭਗ 100% ਦੇ ਥੱਲੇ ਚੱਲ ਰਿਹਾ ਹੈ ਯਾਨੀ ਕਿ ਕਿਸੇ ਵੇਲੇ ਇਸ ਦਾ ਪ੍ਰਾਈਸ 9 ਰਪਏ ਸੀ ਤੇ ਅੱਜ 1 ਰੁਪਏ ਵਿੱਚ ਹੀ ਇਸ ਦੇ ਕਿੰਨੇ ਹਜ਼ਾਰਾਂ ਟੋਕਨ ਆ ਜਾਂਦੇ ਨੇ ਇਸ ਤੇ ਟਵਿੱਟਰ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਭਗ 1 ਲੱਖ 24000 ਫਾਲੋਅਰਸ ਨੇ ਤੇ ਇਹ ਵੀ ਆਪਦੇ ਟਵਿੱਟਰ ਹੈਂਡਲ ਤੇ ਕੁਝ ਨਾ ਕੁਝ ਅਪਡੇਸ਼ਨ ਪਾਉਂਦੇ ਰਹਿੰਦੇ ਨੇ ਅਗਲੇ কয়ਨ ਦੀ ਗੱਲ ਕੀਤੀ ਜਾਵੇ ਤੋਂ ਹੈ gatecoin ਉਹਦਾ ਪ੍ਰਾਈਸ ਵੀ ਇਸ ਵੇਲੇ 0.4 0.5445 ਚੱਲ ਰਿਹਾ ਹੈ ਇਹ কয়ਨ ਵੀ DeFi ਮੀਮ ਪਲੇਟਫਾਰਮ ਤੇ ਕੰਮ ਕਰ ਰਿਹਾ ਹੈ ਸਟੇਕਿੰਗ APY ਰਿਫਲੈਕਸ਼ਨ ਪਲੇ ਟੂ ਅਰਨ ਗੇਮਿੰਗ cripto wallet ਇਹ ਜੀਆਂ ਚੀਜ਼ਾਂ ਤੇ ਕੰਮ ਕਰ ਰਿਹਾ ਹੈ ਇਹ কয়ਨ ਤੁਸੀਂ gate.io pancake swap ਤੇ bitrue second btc ਇਹਨਾਂ ਐਕਸਚੇਂਜ ਤੋਂ ਬਾਈ ਕਰ ਸਕਦੇ ਹੋ ਏ ਕੋਇਨ ਦਾ ਪ੍ਰਾਈਸ ਵੀ ਆਪਦੇ 올 ਟਾਈਮ ਹਾਈ ਤੋਂ ਲਗਭਗ 94% ਥੱਲੇ ਚੱਲ ਰਿਹਾ ਹੈ ਤੇ ਇਹਦੇ ਟਵਿੱਟਰ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਭਗ 1 ਲੱਖ ਤੋਂ ਵੀ ਜ਼ਿਆਦਾ ਫੋਲੋਅਰਸ ਨੇ ਤੇ ਇਹ ਵੀ ਕੋਈ ਨਾ ਕੋਈ ਇੱਥੇ ਅਪਡੇਟ ਪਾਉਂਦੇ ਰਹਿੰਦੇ ਨੇ ਇਥੇ ਲਗਾਤਾਰ ਕੁਝ ਨਾ ਕੁਝ ਜੋ ਵੀ ਉਹਨਾਂ ਦੇ ਅਪਡੇਸ਼ਨ ਚੱਲ ਰਹੀ ਹੈ ਉਹਦੇ ਬਾਰੇ ਉਹ ਗੱਲਬਾਤ ਕਰਦੇ ਰਹਿੰਦੇ ਨੇ ਅਗਲੇ ਕੋਇਨ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਫਲੌਕੀ ਇਨੂ ਇਹਦਾ ਪ੍ਰਾਈਸ ਵੀ ਕਾਫੀ ਡਾਊਨ ਚੱਲ ਰਿਹਾ ਹੈ 0. 3 06332 ਇਹ ਵੀ ਆਪਦੇ ਗੇਮਿੰਗ ਮੀਟਾਵਰਸ ਮਰਚੈਂਡਾਈਜ਼ ਮਾਰਕੀਟਪਲੇਸ ਤੇ ਐਜੂਕੇਸ਼ਨਲ ਪਲੈਟਫਾਰਮ ਤੇ ਕੰਮ ਕਰ ਰਹੇ ਨੇ ਇਹ কয়ਨ ਵੀ ਤੁਸੀਂ gate.io huobi global polonix uniswap naxc lbank ਇਹਨਾਂ ਐਕਸਚੇਂਜ ਤੋਂ ਖਰੀਦ ਸਕਦੇ ਹੋ ਇਹ কয়ਨ ਵੀ ਆਪਦੇ 올 ਟਾਈਮ ਹਾਈ ਤੋਂ 97% ਡਾਊਨ ਜਾ ਰਿਹਾ ਹੈ ਇਦੇ ਟਵਿੱਟਰ ਹੈਂਡਲ ਤੇ ਲਗਭਗ 3,67,000 ਫਾਲੋਅਰਸ ਨੇ ਤੇ ਇਹ ਵੀ ਉਥੇ ਕੋਈ ਨਾ ਕੋਈ ਅਪਡੇਸ਼ਨ ਪਾਉਂਦੇ ਰਹਿੰਦੇ ਨੇ। ਅਗਲਾ কয়ਨ ਹੈ ਡੋਜਲੀਅਨ ਮਾਸ। ਇਹਦਾ ਪ੍ਰਾਈਸ ਵੀ 0.4 0.2017 ਚੱਲ ਰਿਹਾ ਹੈ। ਇਹ কয়ਨ ਤੁਸੀਂ ਪੋਲੋਨਿਕਸ, ਕੂ কয়ਨ, ਗੇਟ.ਆਈ.ਓ, ਜੈਮਿਨੀ ਤੇ ਹੂਬੀ ਗਲੋਬਲ ਇਨ ਐਕਸਚੇਂਜ ਤੋਂ ਬਾਈ ਕਰ ਸਕਦੇ ਹੋ। 올 타임 하이 ਤੋਂ ਲਗਭਗ 99% ਡਾਊਨ ਚੱਲ ਰਿਹਾ ਹੈ ਤੇ ਇਹਦੇ ਟਵਿੱਟਰ ਹੈਂਡਲ ਦੀ ਗੱਲ ਕਰੀਏ ਤਾਂ ਉੱਥੇ ਲਗਭਗ 5,12,000 ਫਾਲੋਅਰਸ ਨੇ ਤੇ ਇਹ ਵੀ ਕੁਝ ਨਾ ਕੁਝ ਨਵੀਂ ਅਪਡੇਸ਼ਨ ਉੱਥੇ ਪਾਉਂਦੇ ਰਹਿੰਦੇ ਨੇ ਯਾਨੀ ਕਿ ਐਕਟਿਵ ਨੇ ਅਗਲਾ ਕੋਇਨ ਹੈ ਕਿਸ਼ੂਇਨੂ ਇਹਦਾ ਪ੍ਰਾਈਸ ਵੀ ਬਹੁਤ ਘੱਟ ਹੈ 1 ਰੁਪਏ ਵਿੱਚ ਹੀ ਇਹਦੇ ਕਿੰਨੇ ਲੱਖਾਂ ਟੋਕਨਸ ਆ ਜਾਣਗੇ ਕਿਸ਼ੂਇਨੂ ਦੀ ਆਪਦੀ ਡੀਸੈਂਟਰਲਾਈਜ਼ਡ ਐਕਸਚੇਂਜ ਵੀ ਹੈ ਤੇ NFT ਮਾਰਕੀਟਪਲੇਸ ਵੀ ਹੈ ਕਿਸੂ ਇਹਨੂੰ ਵੀ ਤੁਸੀਂ gate.io, polonix, uniswap, okx ਤੇ maxc ਇਹਨਾਂ ਐਕਸਚੇਂਜ ਤੋਂ ਬਾਈ ਕਰ ਸਕਦੇ ਹੋ। 올 ਟਾਈਮ ਹਾਈ ਤੋਂ ਇਹ ਕਾਇਨ ਵੀ 98% ਬਿਲੋ ਚੱਲ ਰਿਹਾ ਹੈ। ਇਸਦੇ ਟਵਿੱਟਰ ਹੈਂਡਲ ਤੇ 4,66,000 ਫਾਲੋਅਰਸ ਨੇ ਤੇ ਉੱਥੇ ਵੀ ਇਹ ਕੋਈ ਨਾ ਕੋਈ ਅਪਡੇਸ਼ਨ ਪਾਉਂਦੇ ਹੀ ਰਹਿੰਦੇ ਨੇ। ਜਿਵੇਂ ਹੁਣ ਇਸ ਵੇਲੇ ku ਕਾਇਨ ਬਾਰੇ ਇਹਨਾਂ ਨੇ ਗੱਲ ਕੀਤੀ ਹੋਈ ਏ, ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ku ਕਾਇਨ ਐਕਸਚੇਂਜ ਉੱਤੇ ਵੀ ਲਿਸਟ ਹੋ ਜਾਵੇ। ਅਗਲਾ ਮੀਮ ਕੋਇਨ ਹੈ ਹੋਜ ਫਾਈਨੈਂਸ ਇਹਦਾ ਪ੍ਰਾਈਸ ਵੀ 0.002236 ਚੱਲ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਇਹ ਡੀਫਲੇਸ਼ਨਰੀ ਕ੍ਰਿਪਟੋ ਕਰੰਸੀ ਹੈ ਯਾਨੀ ਕਿ ਇਸ ਕ੍ਰਿਪਟੋ ਕਰੰਸੀ ਦੀ ਜੋ ਅਸਲ ਵੈਲਿਊ ਹੈ ਉਹ ਵੱਧ ਰਹੀ ਹੈ ਘਟੇਗੀ ਨਹੀਂ ਜਿਵੇਂ ਆਮ ਆਪਣੇ ਪੈਸੇ ਦੀ ਕੀਮਤ ਘਟਦੀ ਰਹਿੰਦੀ ਹੈ ਜਿਵੇਂ ਜਿਵੇਂ ਮਹਿੰਗਾਈ ਵਾਧੀ ਹੈ ਪਰ ਇਹ ਕਰੰਸੀ ਜੋ ਹੈ ਡੀਫਲੇਸ਼ਨਰੀ ਹੈ ਇਸ ਕੋਇਨ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਅਪਡੇਸ਼ਨ ਚੱਲ ਰਹੀਆਂ ਨੇ ਇਹ কয়ਨ ਵੀ ਤੁਸੀਂ gate.io uniswap 10k swap bitmart open ocean ਇਥੋਂ ਬਾਈ ਕਰ ਸਕਦੇ ਹੋ ਇਹ কয়ਨ ਵੀ ਆਪਦੇ 올 ਟਾਈਮ ਹਾਈ ਤੋਂ ਲਗਭਗ 97% ਡਾਊਨ ਚੱਲ ਰਿਹਾ ਤੇ ਇਸ ਦੇ ਟਵਿੱਟਰ ਹੈਂਡਲ ਤੇ 63000 ਫੋਲੋਅਰਸ ਨੇ ਤੇ ਉੱਥੇ ਵੀ ਇਹ ਕਈ ਤਰ੍ਹਾਂ ਦੀ ਟਵਿੱਟਰ ਸਪੇਸ ਵੀ ਕਰਦੇ ਰਹਿੰਦੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੀ ਅਪਡੇਸ਼ਨ ਪਾਉਂਦੇ ਰਹਿੰਦੇ ਨੇ ਲਗਾਤਾਰ ਕੰਟੀਨਿਊ ਐਕਟਿਵ ਨੇ ਉੱਥੇ ਵੀ ਅਗਲਾ ਕਾਇਨ ਹੈ ਸੇਫ ਮੂਨ V2 ਯਾਨੀ ਕਿ ਇਹਦਾ ਸੈਕੰਡ ਵਰਜਨ ਕਿਉਂਕਿ ਇਹ ਅਪਗ੍ਰੇਡ ਹੋ ਗਿਆ ਸੀ ਪਿਛਲੇ ਸਾਲ ਤੇ ਇਹਦਾ ਪ੍ਰਾਈਸ ਜੋ ਇਸ ਵੇਲੇ ਚੱਲ ਰਿਹਾ ਹੈ 0.02511 ਚੱਲ ਰਿਹਾ ਹੈ ਇਸ ਕਾਇਨ ਨੂੰ ਵੀ ਤੁਸੀਂ gate.io maxc pancake swap pit true ਇਨ ਅ ਐਕਸਚੇਂਜ ਤੋਂ ਬਾਏ ਕਰ ਸਕਦੇ ਹੋ 올 ਟਾਈਮ ਹਾਈ ਤੋਂ ਇਹ ਕਾਇਨ ਵੀ ਲਗਭਗ 95% ਡਾਊਨ ਚੱਲ ਰਿਹਾ ਹੈ ਤੇ ਇਸ ਦੇ ਟਵਿੱਟਰ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਭਗ 1.3 ਮਿਲੀਅਨ ਫਾਲੋਅਰਸ ਨੇ ਉੱਥੇ ਵੀ ਇਹ ਲਗਾਤਾਰ ਕੁਝ ਨਾ ਕੁਝ ਅਪਡੇਸ਼ਨ ਪਾਉਂਦੇ ਰਹਿੰਦੇ ਨੇ ਲਗਾਤਾਰ ਐਕਟਿਵ ਰਹਿੰਦੇ ਨੇ ਅਗਲਾ ਮੀਮ ਕੋਇਨ ਹੈ ਵਿਟਾ ਇਨੂ ਇਸ ਦਾ ਪ੍ਰਾਈਸ ਜੋ ਇਸ ਵੇਲੇ 0.5 01531 ਚੱਲ ਰਿਹਾ ਹੈ ਵਿਟਾ ਇਨੂ ਯਾਨੀ ਕਿ ਵਿਨੂ ਇਹ ਵੀ ਕਈ ਤਰ੍ਹਾਂ ਦੇ ਪ੍ਰੋਜੈਕਟਸ ਤੇ ਕੰਮ ਕਰ ਰਿਹਾ ਹੈ ਫਿਲਹਾਲ ਇਹ ਵਿਨੂ ਵਰਸ ਤੇ ਕੰਮ ਕਰ ਰਿਹਾ ਹੈ ਤੇ ਹੋਰ ਵੀ ਕਈ ਪ੍ਰੋਜੈਕਟ ਜਿਹੜੇ ਹੈਗੇ ਆ ਅੰਡਰ ਪ੍ਰੋਸੈਸ ਨੇ ਤੇ ਇਹ ਵੀ ਤੁਸੀਂ ਹੋਬੀ ਗਲੋਬਲ ਯਾਨੀ ਕਿ ਜਿਹੜੀ ਇੱਕ ਬਹੁਤ ਵਧੀਆ ਵੱਡੀ सेंट्रलाइज्ड इंटरनेशनल एक्सचेंज 에 ਉਥੋਂ ਬਾਈ ਕਰ ਸਕਦੇ ਹੋ gate.io, nexus c, bybit, pancake swap ਤੇ uniswap ਤੋਂ ਬਾਈ ਕਰ ਸਕਦੇ ਹੋ। 올 ਟਾਈਮ ਹਾਈ ਤੋਂ ਇਹ ਕੋਇਨ 73% ਥੱਲੇ ਚੱਲ ਰਿਹਾ ਹੈ। ਇਹਦੇ ਟਵਿੱਟਰ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਭਗ 42000 ਫਾਲੋਅਰਸ ਨੇ ਤੇ ਇਹ ਵੀ ਉੱਥੇ ਕੁਝ ਨਾ ਕੁਝ ਅਪਡੇਸ਼ਨ ਪਾਉਂਦੇ ਰਹਿੰਦੇ ਨੇ। ਲਾਸਟ ਤੇ 10ਵੇਂ ਨੰਬਰ ਦਾ ਕੋਇਨ ਉਹ ਹੈ baby doge coin ਜਿਹਦਾ ਪ੍ਰਾਈਸ ਇਸ ਵੇਲੇ 0.0 8 टाइम्स 09665 ਚੱਲ ਰਿਹਾ ਹੈ ਇਸ ਕੋਇਨ ਨੂੰ ਵੀ ਤੁਸੀਂ gate.io, huobi global, elbank, okx, maxc ਇਹਨਾਂ ਐਕਸਚੇਂਜ ਤੋਂ ਬਾਈ ਕਰ ਸਕਦੇ ਹੋ ਇਹ ਕੋਇਨ ਵੀ ਆਪਦੇ 올 ਟਾਈਮ ਹਾਈ ਤੋਂ 93% ਥੱਲੇ ਚੱਲ ਰਿਹਾ ਹੈ ਯਾਨੀ ਕਿ ਜਿੰਨੇ ਵੀ ਆਪਾਂ ਇਹ ਮੀਮ ਕੌਇਨਸ ਦੇਖੇ ਹੈਗੇ ਆ ਆਪਦੇ 올 ਟਾਈਮ ਹਾਈ ਤੋਂ ਲਗਭਗ 90% ਜਿਹੜੇ ਹੈਗੇ ਆ ਥੱਲੇ ਚੱਲ ਰਿਹਾ ਕੋਈ 1 2 ਕੌਇਨਸ ਨੂੰ ਛੱਡ ਕੇ ਯਾਨੀ ਕਿ ਜੇ ਆਪਦੇ 올 타임 하이 ਨੂੰ ਵੀ ਟੱਚ ਕਰਨਾ ਦੁਬਾਰਾ ਫਿਰ ਤੇ ਤੁਹਾਡਾ ਜਿਹੜਾ ਪੈਸਾ ਹੈਗਾ ਉਹ ਘੱਟੋ ਘੱਟ 100 ਗੁਣਾ ਹੋ ਜਾਵੇਗਾ ਦੇਖੋ ਇੰਨੀ ਪੋਟੈਂਸ਼ੀਅਲ ਹੈਗੀ ਇਹਨਾਂ ਕੌਇਨਸ ਵਿੱਚ ਪਰ ਦੁਬਾਰਾ ਫਿਰ ਮੈਂ ਚੇਤਾਵਨੀ ਦੇ ਦੇਣਾ ਕਿ ਇਹ ਪੈਸਾ ਤੁਹਾਡਾ ਜ਼ੀਰੋ ਵੀ ਹੋ ਸਕਦਾ ਹੈ ਇਸ ਲਈ ਆਪਦਾ ਰਿਸਰਚ ਕਰਕੇ ਸੋਚ ਸਮਝ ਕੇ ਇਨਵੈਸਟ ਕਰਿਓ ਬਾਕੀ 베ਬੀ 도지 코인 ਦੇ ਜੇਕਰ ਆਪਾਂ ਟਵਿੱਟਰ ਹੈਂਡਲ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਨੇ ਉਹਦਾ ਨਾਮ ਬਦਲ ਕੇ 베비 도지 스왑 ਰੱਖ ਲਿਆ ਕਿਉਂਕਿ ਉਹ ਆਪਦੀ ਜੋ baby.swap ਹੈਗਾ ਇਹ ਐਕਸਚੇਂਜ ਲਾਂਚ ਕਰ ਰਹੇ ਨੇ 5 ਅਕਤੂਬਰ ਨੂੰ ਤਾਂ ਉਦੋਂ ਪਹਿਲਾਂ ਪਹਿਲਾਂ ਜੇਕਰ ਤੁਸੀਂ ਇਨਵੈਸਟ ਕਰ ਸਕਦੇ ਹੋ ਤਾਂ ਕਰ ਲਓ ਇੱਕ ਹਾਈਪ ਤਾਂ ਜ਼ਰੂਰ ਬਣੇਗੀ ਇਸ ਕੋਇਨ ਵਿੱਚ ਤਾਂ ਇਹ ਸੀ ਅੱਜ ਦੇ ਟਾਪ 10 ਮੀਮ ਕੋਇਨ ਜਿਨ੍ਹਾਂ ਵਿੱਚ ਤੁਸੀਂ ਆਪਦੀ ਰਿਸਰਚ ਕਰਕੇ ਇਨਵੈਸਟ ਕਰ ਸਕਦੇ ਹੋ ਬਾਕੀ ਜੇਕਰ ਕਿਸੇ ਖਾਸ ਮੀਮ ਕੋਇਨ ਬਾਰੇ ਡਿਟੇਲਡ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਹਦੇ ਬਾਰੇ ਜ ਵੀ ਡਿਟੇਲ ਵੀਡੀਓ ਲੈ ਕੇ ਆ ਜਾਵਾਂਗੇ ਬਾਕੀ ਇਹ ਵੀ ਜਰੂਰ ਕਮੈਂਟ ਕਰੋ ਕਿ ਤੁਹਾਡੀ ਲਿਸਟ ਵਿੱਚ ਕਿਹੜੇ ਕਿਹੜੇ ਮੀਮ ਕੋਇਨਸ ਨੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰ ਦਿਓ ਤੇ ਆਪਦੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ